ਸੰਸਾਰ ਕੇ ਕਾਰਜ পাপ ਕਲੋਇਆ ਸੰਸਾਰ ਕੇ ਕਾਰਜ ਹਰ ਕੰਮ ਕਰਾਵਣ ਆਇਆ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜੇ ਉਹ ਦਿਸੇ ਨਰਕ ਜਾਂਦੇ ਤਾ ਉਨਕਾ ਦਾਨ ਨਾ ਲੈਣਾ ਕਲਿਆਣ ਸੁਖਾਂ ਦੇ ਰਹਿਣ ਵਾਲਾ ਪੰਡਿਤ ਹਰ ਜਸ ਰਾਏ ਆਪਣੇ ਸਮੇਂ ਦਾ ਮੰਨਿਆ ਪਰਮੰਨਿਆ ਵਿਦਵਾਨ ਸੀ ਕਹਿੰਦੇ ਤਾਂ ਇਸ ਨੂੰ ਵਿਦਾਂਤੀ ਸੀ ਪਰੰਤੂ ਸਰੋਤ ਹੈ ਕਿ ਇਹ ਵੇਦ ਪਾਠੀ ਦੇ ਨਾਮ ਤੇ ਜਾਣਿਆ ਜਾਂਦਾ ਸੀ ਕਿਸੇ ਸਮੇਂ ਜੰਮੂ ਵਾਲੇ ਮਹਾਰਾਜਾ ਰਣਬੀਰ ਸਿੰਘ ਨੇ ਇਸ ਉੱਪਰ ਪ੍ਰਸੰਨ ਹੋ ਕੇ ਬਹੁਤ ਸੇਵਾ ਕੀਤੀ ਸੀ ਪੰਡਿਤ ਹਰਜਸ ਰਾਏ ਦੇ ਕਹਿਣ ਉੱਪਰ ਕਲਿਆਣਾ ਵਾਲਾ ਮੰਦਿਰ ਵੀ ਉਸ ਨੇ ਬਣਾ ਦਿੱਤਾ ਹੋਰ ਜਾਇਦਾਦ ਵੀ ਬਹੁਤ ਸੀ ਜਿਵੇਂ ਕਿ ਵਿਦਵਾਨ ਕੋਲ ਕੋਈ ਕਮੀ ਨਹੀਂ ਹੁੰਦੀ ਕਿਸੇ ਸਮੇਂ ਹਰਜਸ ਵੈਦਾਂਤੀ ਬਾਬਾ ਹਰਨਾਮ ਸਿੰਘ ਜੀ ਪਾਸ ਦੁੱਧ ਦੀ ਭੇਟਾ ਲੈ ਕੇ ਹਾਜ਼ਰ ਹੋਇਆ ਬਾਬਾ ਜੀ ਕਿਸੇ ਦੀ ਕੋਈ ਵਸਤੂ ਮੁੱਲ ਦੇ ਕੇ ਮਨਜ਼ੂਰ ਕਰਦੇ ਸਨ ਕੋਈ ਕੋਈ ਵਿਰਲਾ ਹੀ ਸਤਸੰਗੀ ਹੁੰਦਾ ਸੀ ਜਿਸ ਦੀ ਕੋਈ ਵਸਤੂ ਬਗੈਰ ਮੁੱਲ ਦਿੱਤਿਆਂ ਲੈਂਦੇ ਸਨ ਉਸ ਮਰਿਆਦਾ ਅਨੁਸਾਰ ਪੰਡਤ ਹਰਜਸ ਰਾਏ ਨੂੰ ਦੁੱਧ ਮੋੜ ਕੇ ਲੈ ਜਾਣ ਦਾ ਹੁਕਮ ਕੀਤਾ ਉਸ ਦੇ ਬਾਰ ਬਾਰ ਬੇਨਤੀ ਕਰਨ ਉੱਤੇ ਫਿਰ ਹਜੂਰ ਨੇ ਬਚਨ ਕੀਤਾ ਅਸੀਂ ਤਾਂ ਬ੍ਰਾਹਮਣ ਦੇ ਘਰ ਦੀ ਕੋਈ ਚੀਜ਼ ਨਹੀਂ ਲੈਂਦੇ ਤੇਰੇ ਨਾਲ ਇੰਨੀ ਰਿਆਇਤ ਕਰ ਦਿੱਤੀ ਹੈ ਤੇਰੀ ਚੀਜ਼ ਅਸੀਂ ਮੁੱਲ ਦੇ ਕੇ ਲੈਂਦੇ ਹਾਂ ਜੇ ਤੈਨੂੰ ਮਨਜ਼ੂਰ ਹੈ ਤਾਂ ਠੀਕ ਹੈ ਨਹੀਂ ਤਾਂ ਦੇਵਤਾ ਆਪਣਾ ਦੁੱਧ ਮੋੜ ਕੇ ਲੈ ਜਾ ਉਪਰੰਤ ਕੋਈ ਹੋਰ ਉਤਰ ਪ੍ਰਸ਼ਨ ਨਹੀਂ ਪਰੰਤੂ ਬਾਬਾ ਜੀ ਆਪਣੇ ਬਚਨ ਉੱਤੇ ਅਟਲ ਰਹੇ ਆਖਿਰ ਤੇ ਹਜੂਰ ਨੇ ਬਚਨ ਕੀਤਾ ਕਿ ਤੂੰ ਵਿਦਵਾਨ ਹੈ ਜੇ ਤੇਰੀ ਆਪਣੀ ਕਮਾਈ ਹੋਵੇ ਤਾਂ ਲੈ ਲਈਏ ਤੇਰੇ ਘਰ ਵਿੱਚ ਤਾਂ ਇਸ ਵੇਲੇ ਪੀਣ ਵਾਲਾ ਪਾਣੀ ਵੀ ਜੰਮੂ ਵਾਲੇ ਰਾਜੇ ਦਾ ਹੈ ਪੰਡਤ ਜੀ ਰਾਜੇ ਦਾ ਖਾ ਕੇ ਪਚਾਉਣਾ ਬਹੁਤ ਮੁਸ਼ਕਲ ਹੈ ਰਾਜੇ ਦਾ ਖਾਦਾ ਪਚਦਾ ਨਹੀਂ ਹੁੰਦਾ ਅਜੇ ਪੰਡਤ ਦੇ ਨਾਲ ਬਚਨ ਹੋ ਹੀ ਰਹੇ ਸਨ ਠੀਕ ਇਸੇ ਮੌਕੇ ਉੱਪਰ ਗੋਬਿੰਦਪੁਰੇ ਦੇ ਪ੍ਰੇਮੀ ਆਪਣੇ ਨਿਯਮ ਦੇ ਅਨਸਾਰ ਦੁੱਧ ਦੀ ਭਰੀ ਬਲਟੋਈ ਲੈ ਕੇ ਆਣ ਪਹੁੰਚੇ ਸੇਵਕ ਨੇ ਉਹਨਾਂ ਦਾ ਨਾਮ ਲੈ ਕੇ ਆਗਿਆ ਮੰਗੀ ਜੋ ਉਹਨਾਂ ਨੂੰ ਉਸੇ ਵਕਤ ਆਗਿਆ ਮਿਲ ਗਈ ਸਭ ਕੁਝ ਪੰਡਤ ਦੇ ਸਾਹਮਣੇ ਹੋ ਗਿਆ ਆਖਿਰ ਨੂੰ ਪੰਡਤ ਹਾਰਜਸ ਰਾਏ ਨੂੰ ਦੁੱਧ ਵਾਪਸ ਲੈ ਜਾਣ ਦਾ ਹੁਕਮ ਹੋਇਆ ਬਾਬਾ ਜੀ ਨੇ ਉਸ ਦੀ ਸੇਵਾ ਮਨਜ਼ੂਰ ਨਹੀਂ ਕੀਤੀ ਉਪਰਲੇ ਦੋ ਸਿੰਘਾਂ ਵਿੱਚੋਂ ਇੱਕ ਬਜ਼ੁਰਗ ਹਜੂਰਾ ਸਿੰਘ ਨਾਮ ਦਾ ਗੋਵਿੰਦਪੁਰਾ ਨਿਵਾਸੀ ਉਸ ਵਕਤ ਮੌਕੇ ਤੇ ਹਾਜ਼ਰ ਸੀ ਇਹ પ્રસੰਗ ਉਸ ਪਾਸੋਂ ਮਿਲਿਆ ਜੋ ਮਨ ਚਿੱਤ ਇੱਕ ਆਰਾਧ ਦੇ ਤਿੰਨ ਕੀ ਬਰਕਤ ਕਾਹੇ ਅਸੰਖ ਕਰੋੜੇ ਮਾਲਵੇ ਦੇ ਇਲਾਕੇ ਵਿੱਚ ਦੌਧਰ ਨਾਮ ਦਾ ਇੱਕ ਮਸ਼ਹੂਰ ਨਗਰ ਹੈ ਇਸ ਇਲਾਕੇ ਦਾ ਇੱਕ ਸਰਦਾਰ ਕੇਸਰ ਸਿੰਘ ਨਾਮ ਦਾ ਗੁਰਮੁਖ ਮਾਲ ਦੇ ਮਹਿਕਮੇ ਵਿੱਚ ਪਟਵਾਰੀ ਸੀ ਕਿਸੇ ਪੂਰਬਲੇ ਪੁੰਨਾ ਦੇ ਸਦਕੇ ਇਸ ਨੂੰ ਬਾਬਾ ਜੀ ਦੀ ਸੰਗਤ ਮਿਲ ਗਈ ਕੋਈ ਪੂਰਬਲੇ ਪੁੰਨਾ ਦੇ ਸਦਕੇ ਇਸ ਨੂੰ ਬਾਬਾ ਜੀ ਨਾਲ ਪਿਆਰ ਬਹੁਤ ਹੋ ਗਿਆ ਜੋ ਸਰਬਣ ਆਉਂਦਾ ਸੇਵਾ ਵੀ ਕਰਦਾ ਸੀ ਇਸ ਕੇਸਰ ਸਿੰਘ ਦਾ ਲੜਕਾ ਅਜੇ 8ਵੀਂ ਜਮਾਤ ਵਿੱਚ ਪੜਦਾ ਸੀ ਬਖਸ਼ਿਸ਼ਾਂ ਦੇ ਘਰ ਆ ਕੇ ਇੱਕ ਸਮੇਂ ਬਾਬਾ ਜੀ ਨੇ ਇਸ ਦੇ ਲੜਕੇ ਨੂੰ ਬਾਬਾ ਜੀ ਮੋਗਾ ਸਿੰਘ ਕਹਿ ਕੇ ਬੋਲਦੇ ਸਨ ਕੇਸਰ ਸਿੰਘ ਨੇ ਬੇਨਤੀ ਕਰਨੀ ਮਹਾਰਾਜ 모ਗਾ ਸਿੰਘ ਨਾਮ ਦਾ ਕੀ ਮਤਲਬ ਹੋਇਆ ਬਾਬਾ ਜੀ ਨੇ ਬਚਨ ਕਰਨੇ ਕੇਸਰ ਸਿੰਘ ਕੋਈ ਸਮਾਂ ਆਵੇਗਾ ਇਸ 모ਗਾ ਸਿੰਘ ਦੀ 모ਗਾ ਸ਼ਹਿਰ ਕੋਠੀ ਹੋਏਗੀ ਇਹ ਬਹੁਤ ਤਕੜਾ ਆਦਮੀ ਬਣੇਗਾ ਸਮਾਂ ਆਉਣ ਉੱਤੇ ਬਾਬਾ ਜੀ ਦੇ ਬਚਨਾਂ ਨੇ ਰੰਗ ਭਾਗ ਲਾਏ ਉਸ ਸਮੇਂ ਕੋਈ ਵਿਰਲਾ ਹੀ ਵਕਾਲਤ ਪਾਸ ਕਰਦਾ ਸੀ ਪਰੰਤੂ ਮੋਗਾ ਸਿੰਘ ਨੇ ਲਾਹੌਰ ਦੀ ਬੀਏ ਪਾਸ ਕਰਨ ਉਪਰੰਤ ਬੀਏ ਐਲएलबी ਵਕਾਲਤ ਪਾਸ ਕਰ ਲਈ ਇਹ ਪੰਜ ਭਰਾ ਹੀ ਬਾਬਾ ਜੀ ਦੇ ਬਚਨਾਂ ਨਾਲ ਕਿਸੇ ਸਮੇਂ ਚੰਗੇ ਅਮੀਰ ਹੋ ਗਏ ਸਰਦਾਰ ਨਰੰਜਨ ਸਿੰਘ ਨੇ ਅਫਰੀਕਾ ਵਿੱਚ ਰਹਿ ਕੇ 모ਗੇ ਆਪਣੀ ਕੋਠੀ ਬਣਵਾਈ 모ਗਾ ਸਿੰਘ ਜਸਬੀਰ ਸਿੰਘ ਬਰਾੜ ਵਕੀਲ ਬਣੇ ਇਹਨਾਂ ਦੇ ਭਾਈ ਹਰਭਜਨ ਸਿੰਘ ਬੀਮਾ ਕੰਪਨੀ ਵਿੱਚ ਜਰਨਲ ਮੈਨੇਜਰ ਰਹੇ ਤੀਸਰਾ ਜੋਗਿੰਦਰ ਸਿੰਘ ਦਾ ਆਪਣਾ ਕਾਰੋਬਾਰ ਚੰਗਾ ਅਤੇ 7 ਗੱਡੀਆਂ ਕਲਕੱਤੇ ਵਿੱਚ ਜੋਗਿੰਦਰ ਸਿੰਘ ਦਾ ਲੜਕਾ ਇੰਦਰਜੀਤ ਸਿੰਘ ਆਈਏਐਸ ਪੰਜਾਬ ਸਰਕਾਰ 1947 ਤੋਂ 1973 ਤੱਕ ਲਗਾਤਾਰ ਬੰਬਈ ਵਿੱਚ ਰਿਹਾ ਕੇਸਰ ਸਿੰਘ ਜੀ ਪਟਵਾਰੀ ਸਿਰਫ ਬਾਬਾ ਜੀ ਨੂੰ ਦੁੱਧ ਛਕਾਉਣ ਦੀ ਸੇਵਾ ਕਰਦੇ ਸਨ ਮੋਗਾ ਸਿੰਘ ਸਰਦਾਰ ਜਸਬੀਰ ਸਿੰਘ ਉਸ ਵੇਲੇ 8ਵੀਂ ਜਮਾਤ ਵਿੱਚ ਪੜਦਾ ਸੀ ਛੁੱਟੀਆਂ ਦੇ ਸਮੇਂ ਇਸਨੇ ਡੇਰੇ ਜਾ ਕੇ ਪੜਨਾ ਅਤੇ ਉੱਥੇ ਹੀ ਸੌਂ ਜਾਣਾ ਬਾਬਾ ਜੀ ਦੀਆਂ ਮਿਹਰਾ ਸਦਕਾ ਅੱਜ ਕੋਠੀਆਂ ਮਿਲੀਆਂ ਹਨ ਬਾਬਾ ਜੀ ਨੇ ਕੇਸਰ ਸਿੰਘ ਨੂੰ ਇੱਕ ਚਵਾਨੇ ਬਖਸ਼ੀ ਸੀ ਹੁਕਮ ਕੀਤਾ ਸੀ ਕਿ ਇਸ ਨੂੰ ਖਜ਼ਾਨੇ ਵਿੱਚ ਰੱਖਣਾ ਮਾਇਆ ਦੀ ਤੋਟ ਨਹੀਂ ਆਵੇਗੀ ਉਹ ਜਵਾਨੀ 1983 ਤੱਕ ਇਹਨਾਂ ਦੇ ਖਾਨਦਾਨ ਪਾਸ ਰਹੀ 1810 ਤੋਂ ਲੈ ਕੇ 1910 ਦਰਮਿਆਨ ਦੇ ਇਹ ਬਚਨ ਹਨ ਸਰਦਾਰ ਕੇਸਰ ਸਿੰਘ ਪਟਵਾਰੀ ਦੇ ਵੱਡੇ ਭਰਾ ਜਿਸ ਦਾ ਨਾਮ ਨੱਥਾ ਸਿੰਘ ਸੀ ਆਪਣੇ ਭਰਾ ਨੂੰ ਮਿਲਣ ਲਈ ਪੁੱਜੋ ਗਏ ਦੁੱਧ ਬਾਬਾ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਿਆ ਉਪਰੰਤ ਬਾਬਾ ਜੀ ਨਾਲ ਗੱਲਾਂ ਕਰਦੇ ਰਹੇ ਇਸ ਦਰਾਨ ਹਨੇਰਾ ਹੋ ਗਿਆ ਬਾਬਾ ਨੱਥਾ ਸਿੰਘ ਦੇ ਮਨ ਵਿੱਚ ਫੁਰਨਾ ਆਇਆ ਅੰਤਰਜਾਮੀ ਉਸ ਦੇ ਮਨ ਦੀ ਜਾਣ ਕੇ ਨੱਥਾ ਸਿੰਘ ਨੂੰ ਕਹਿਣ ਲੱਗੇ ਨੱਥਾ ਸਿੰਘ ਹਨੇਰਾ ਹੋ ਗਿਆ ਹੈ ਤੂੰ ਕਿੱਥੇ ਕੇਸਰ ਸਿੰਘ ਦਾ ਘਰ ਭਾਲਦਾ ਫਿਰੇਂਗਾ ਰਾਤ ਨੂੰ ਇੱਥੇ ਹੀ ਪੈ ਜਾ ਹੁਕਮ ਮੰਨ ਕੇ ਨਥਾ ਸਿੰਘ ਉੱਥੇ ਹੀ ਲੇਟ ਗਿਆ ਰਾਤ ਨੂੰ ਬਾਬਾ ਜੀ ਨੇ ਨਰਸਿੰਘ ਦਾ ਰੂਪ ਧਾਰ ਲਿਆ ਜਿਸ ਨੂੰ ਨਗਰ ਦੇ ਲੋਕ ਬਾਬਾ ਸ਼ੇਰ ਹੀ ਆਖਦੇ ਸਨ ਜਿਸ ਵਕਤ ਨਰਸਿੰਘ ਦਾ ਰੂਪ ਧਾਰ ਕੇ ਭਵਕ ਮਾਰੀ ਨਥਾ ਸਿੰਘ ਦੇ ਉੱਪਰ ਦੀ ਭਵਕ ਮਾਰ ਕੇ ਲੰਘ ਗਏ ਅਚਾਨਕ ਨੱਥਾ ਸਿੰਘ ਇਤਨਾ ਡਰਿਆ ਕਿ ਉਸ ਦਾ ਪਸ਼ਾਬ ਵੀ ਵਿੱਚ ਹੀ ਨਿਕਲ ਗਿਆ ਉਪਰੰਤ ਧੀਰਜ ਦਿੱਤਾ ਅਤੇ ਕਹਿਣ ਲੱਗੇ ਕਿਉਂ ਨੱਥਾ ਸਿਆ ਤੇਰੇ ਮਨ ਦੀ ਖਾਸ਼ ਪੂਰੀ ਹੋ ਗਈ ਹੁਣ ਤੂੰ ਡਰਨਾ ਨਹੀਂ ਆਪਣੇ ਚਲਤ ਆਪ ਕਰਨੇ ਹਾਰ ਕੌਤਕ ਕਰੇ ਰੰਗ ਅਪਾਰ ਬਾਬਾ ਪਾਖਰ ਸਿੰਘ ਕੇਸਰ ਸਿੰਘ ਹੋਰਾਂ ਦੇ ਸਾਰੇ ਭਰਾਵਾਂ ਵਿੱਚੋਂ ਛੋਟਾ ਹੋਣ ਕਰਕੇ ਇਸ ਨੂੰ ਸਾਰੇ ਭਰਾ ਆਪਣੇ ਹੁਕਮ ਵਿੱਚ ਰੱਖਦੇ ਸਨ ਪਰ ਇਹ ਵੱਡੇ ਭਰਾਵਾਂ ਦੇ ਦਬਾਅ ਥੱਲੇ ਰਹਿਣ ਕਰਕੇ ਔਖਾ ਸੀ ਇਹ ਪਾਖਰ ਸਿੰਘ ਆਪਣੇ ਮਨ ਵਿੱਚ ਇਹ ਧਾਰ ਕੇ ਬੇਨਤੀ ਕਰਨੀ ਚਾਹੁੰਦਾ ਸੀ ਅੰਤਰਜਾਮੀ ਬਾਬਾ ਜੀ ਪਾਖਰ ਸਿੰਘ ਦੀ ਮਾਨ ਦੀ ਜਾਣ ਕੇ ਇਸ ਪ੍ਰਤੀ ਵਚਨ ਕੀਤਾ ਤੂੰ ਪਾਖਰ ਸਿੰਘ ਦੇ ਥਾਂ ਹੋਰ ਨਾਮ ਰਖਵਾ ਲੈ ਫਿਰ ਇਸ ਤੋਂ ਛਟਕਾਰਾ ਹੋ ਸਕਦਾ ਹੈ ਜੇ ਤੂੰ ਇਹੀ ਨਾਮ ਰੱਖੇਗਾ ਫਿਰ ਤਾਂ ਤੈਨੂੰ ਸਾਰੀ ਜ਼ਿੰਦਗੀ ਭਰਾਵਾਂ ਦੇ ਦਬਾਅ ਥੱਲੇ ਹੀ ਰਹਿਣਾ ਪਵੇਗਾ ਪਾਖਰ ਸਿੰਘ ਨੇ ਹੁਕਮ ਅਨੁਸਾਰ ਆਪਣਾ ਨਾਮ ਨਹੀਂ ਬਦਲਿਆ ਉਪਰੰਤ ਸਾਰੀ ਜ਼ਿੰਦਗੀ ਉਸ ਨਾਲ ਇਹੋ ਹੀ ਹਾਲਤ ਰਹੀ ਸੋ ਬਾਬਾ ਜੀ ਦੇ ਇੱਕ ਇੱਕ ਬਚਨ ਬੰਦੇ ਦੇ ਉਮਰ ਭਰ ਨਾਲ ਨਿਭਦੇ ਸਨ ਜੋ ਬਚਨ ਹੋਇਆ ਉਹੀ ਹੋ ਕੇ ਵਰਤਿਆ ਕੇਸਰ ਸਿੰਘ ਪਟਵਾਰੀ ਆਪਣੇ ਭਤੀਜੇ ਨੂੰ ਜਿਸ ਦਾ ਨਾਮ ਨਰੈਣ ਸਿੰਘ ਸੀ ਆਪਣੇ ਕੋਲ ਪੁੱਛੋ ਹੀ ਲੈ ਆਇਆ ਅਤੇ ਇਸ ਨੇ 8 ਜਮਾਤਾਂ ਤੱਕ ਇੱਥੇ ਰਹਿ ਕੇ ਪੜ੍ਹਾਈ ਕੀਤੀ ਇਸ ਨਰੈਣ ਸਿੰਘ ਨੂੰ ਬਾਬਾ ਜੀ ਬਚਨ ਕਰਦੇ ਸਨ ਤੇਰੇ ਸਜੇ ਪੈਰ ਵਿੱਚ ਇੱਕ ਲਕੀਰ ਹੈ ਜਿਹੜੀ ਅੱਡੀ ਤੋਂ ਚੱਲ ਕੇ ਪੈਰ ਦੇ ਅੰਗੂਠੇ ਤੱਕ ਜਾਂਦੀ ਹੈ ਪਰ ਵਿਚਾਲਿਆਂ ਟੁੱਟੀ ਹੋਈ ਹੈ ਜੇ ਕਿਤੇ ਇਹ ਵਿਚਾਲਿਆਂ ਟੁੱਟੀ ਨਾ ਹੁੰਦੀ ਤਾਂ ਬਹੁਤ ਚੰਗਾ ਸੀ ਤੈਂ ਪਿਛਲੇ ਜਨਮ ਤਪੱਸਿਆ ਕੀਤੀ ਹੈ ਤੇਰੀ ਤਪੱਸਿਆ ਵਿੱਚ ਵਿਗਨ ਪਿਆ ਹੈ ਜਿੱਥੇ ਤੂੰ ਤਾਪ ਕੀਤਾ ਉਸ ਜਗ੍ਹਾ ਢੇਠ ਸਾਕਤ ਪੁਰਸ਼ ਦੀਆਂ ਹੱਡੀਆਂ ਸਨ ਇਸ ਕਰਕੇ ਵਿਗਨ ਪਿਆ ਹੈ ਫੇਰ ਵੀ ਉਸ ਤਪ ਸਦਕੇ ਜ਼ਿੰਦਗੀ ਭਰ ਸੁੱਖ ਪਾਏਗਾ ਨਾਲ ਹੀ ਬਚਨ ਕੀਤਾ ਬਚਨ ਤਪ ਨਾਲੋਂ ਵੱਡੀ ਭਗਤੀ ਹੁੰਦੀ ਹੈ ਤੇਰੇ ਕੋਲ ਤਪ ਹੈ ਭਗਤੀ ਨਹੀਂ ਇਸ ਕਰਕੇ ਹੱਡੀਆਂ ਨੇ ਵਿਗਨ ਪਾ ਦਿੱਤਾ ਫੇਰ ਵੀ ਤੂੰ ਸੁਖ ਪਾਵੇਂਗਾ ਬਾਬਾ ਜੀ ਦੇ ਬਚਨ ਅਨੁਸਾਰ ਨਰੈਣ ਸਿੰਘ ਪਟਵਾਰੀ ਭਰਤੀ ਹੋਇਆ ریاਸ ਭਾਵਲਪੁਰ ਜੋ ਹੁਣ ਪਾਕਿਸਤਾਨ ਵਿੱਚ ਹੈ ਨੌਕਰੀ ਕੀਤੀ ਫੇਰ ਪਟਵਾਰੀ ਤੋਂ ਤਰੱਕੀ ਕਰਕੇ ਦਫ਼ਤਰ ਕਾਨੂੰਨ ਬਣ ਗਏ ਉਪਰੰਤ 48 ਸਾਲ ਦੀ ਉਮਰ ਵਿੱਚ ਮੌਤ ਹੋਈ ਇਹਨਾਂ ਦੇ ਕੋਈ ਬੱਚਾ ਨਹੀਂ ਸੀ ਬਾਬਾ ਮਹਾਰਨਾਮ ਸਿੰਘ ਜੀ ਦੇ ਬਚਨਾਂ ਦੇ ਸਦਕੇ ਸਭ ਕੁਝ ਪ੍ਰਾਪਤ ਹੋਇਆ ਜੋ ਮਨ ਚਿੱਤ ਇੱਕ ਆਰਾਧ ਦੇ ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ ਧਨ 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 ਬਾਬਾ ਮਹਾ ਹਰਨਾਮ ਸਿੰਘ ਜੀ ਗਰੀਬ ਨਿਵਾਜ਼ ਇਹੇ ਬਚਨ ਅਜਮੇਰ ਸਿੰਘ ਪੋਤਰਾ ਸਰਦਾਰ ਪਖਰ ਸਿੰਘ ਨਿਵਾਸੀ ਦੌਧਰ ਪਾਸੋਂ ਮਿਲਿਆ ਸਿੱਧ ਸਾਧਕ ਗਿਆਨੀ ਧਿਆਨੀਆਂ ਕੌਣ ਤੁਦਨੋ ਤੋਲੇ ਸਰਦਾਰ ਗੁਰਵਚਨ ਸਿੰਘ ਭਦੋੜ ਵਾਲੇ ਬਾਬੇ ਮਹਾਰਨਾਮ ਸਿੰਘ ਜੀ ਦਾ ਬਚਨ ਮੰਨ ਕੇ ਤਹਿਸੀਲਦਾਰੀ ਤੋਂ ਅਸਤੀਫਾ ਦੇ ਕੇ ਸੇਵਾ ਕਰਨ ਲੱਗ ਪਏ ਸਨ ਇਸ ਸਮੇਂ ਪੰਡਿਤ ਜੀ ਮਲੂਕੇ ਵਾਲੇ ਸੇਵਾ ਵਿੱਚ ਹਾਜ਼ਰ ਸਨ ਇੱਕ ਵਾਰ ਸਰਦਾਰ ਗੁਰਬਚਨ ਸਿੰਘ ਨੇ ਸੁਪਨੇ ਵਿੱਚ ਵੇਖਿਆ ਕਿ ਪੁੱਛੋ ਡੇਰੇ ਤੋਂ ਬਾਹਰ ਰਥ ਗੱਡੀਆਂ ਮੋਟਰਾਂ ਬਿਆੰਤ ਖੜੀਆਂ ਹਨ ਦਿਨੇ ਇਹਨਾਂ ਨੇ ਬਾਬਾ ਜੀ ਨੂੰ ਸੁਪਨਾ ਸੁਣਾ ਕੇ ਪੁੱਛਿਆ ਕਿ ਮਹਾਰਾਜ ਇੰਨੀਆਂ ਮੋਟਰ ਕਾਰਾਂ ਦੇਦੇ ਤੋਂ ਬਾਹਰ ਕਿਵੇਂ ਆ ਗਈਆਂ ਇਸ ਸੁਪਨੇ ਦੇ ਦ੍ਰਿਸ਼ਟਾਂਤ ਦਾ ਬਾਬਾ ਜੀ ਨੇ ਇਉਂ ਉੱਤਰ ਦਿੱਤਾ ਕੋਈ ਸਮਾਂ ਆਵੇਗਾ ਮੋਟਰ ਕਾਰਾਂ ਇੱਥੇ ਹੀ ਆਉਣਗੀਆਂ ਇਹ ਇਹ ਤੁਹਾਨੂੰ ਸੇਵਕਾਂ ਨੂੰ ਨਿਰੰਕਾਰ ਨੇ ਪਹਿਲਾਂ ਹੀ ਵਿਖਾ ਦਿੱਤਾ ਹੈ ਇਹ ਮੋਟਰ ਕਾਰਾਂ ਵਾਲੇ ਸਭ ਆਪਣੇ ਹੀ ਹਨ ਜਦੋਂ ਇਹਨਾਂ ਦਾ ਸਮਾਂ ਆਵੇਗਾ ਇਹ ਵੀ ਆ ਜਾਣਗੇ ਹੁਣ ਇਹ ਬਚਨ ਸੱਤ ਹੋ ਰਿਹਾ ਹੈ ਸਰਦਾਰ ਗੁਰਬਚਨ ਸਿੰਘ ਆਪਣੀ ਭੈਣ ਦੇ ਵਿਆਹ ਤੋਂ ਬਾਅਦ ਆਪਣੀ ਭੈਣ ਸਮੇਤ ਬਾਬਾ ਜੀ ਦੇ ਦਰਸ਼ਨ ਕਰਨ ਆਏ ਪੇਟਾ ਦੇ ਤੌਰ ਤੇ ਅਨਾਰਾਂ ਦੀਆਂ ਪੇਟੀਆਂ ਲੈ ਕੇ ਹਾਜ਼ਰ ਹੋਏ 13 ਪੇਟੀਆਂ ਦੀ ਗਿਣਤੀ ਕਰਕੇ ਬਾਬਾ ਜੀ ਬੜੇ ਪ੍ਰਸੰਨ ਹੋਏ ਸਾਰੀ ਮਰਿਆਦਾ ਹੁਕਮ ਨਾਲ ਕਰਵਾਈ ਨਾਲ ਹੀ ਇੱਕ ਵਚਨ ਕੀਤਾ ਕਿ ਬੀਬੀ ਮਹਿੰਦੀ ਦਾ ਰੰਗ ਜਿਵੇਂ ਛੇਤੀ ਚੜਿਆ ਹੈ ਇਹ ਉੱਤਰ ਵੀ ਛੇਤੀ ਜਾਵੇਗਾ ਇਹ ਗੁੱਜੀ ਰਮਜ ਕਿਸੇ ਨਾ ਸਮਝੀ ਇਹ ਭਾਣਾ ਇਉਂ ਵਰਤਿਆ ਪਹਿਲਾਂ ਤਾਂ ਇਹਨਾਂ ਦੇ ਘਰ ਬੱਚਾ ਨਹੀਂ ਹੋਇਆ ਫਿਰ ਥੋੜੇ ਸਮੇਂ ਵਿੱਚ ਹੀ ਚਲਾਣਾ ਕਰ ਗਏ ਸਰਦਾਰ ਗੁਰਬਚਨ ਸਿੰਘ ਦੀ ਛੋਟੀ ਭੈਣ 8ਵੀਂ ਜਮਾਤ ਵਿੱਚ ਪੜਦੀ ਸੀ ਕੁਦਰਤ ਨੇ ਸਮਾਂ ਐਸਾ ਬਣਾਇਆ ਅਤੇ ਉਹ ਬੀਬੀ ਦੀ ਮੌਤ ਹੋ ਗਈ ਉਪਰੰਤ ਬੀਬੀ ਦੀ ਮਾਤਾ ਬਹੁਤ ਬਯਰਾਗ ਕਰਿਆ ਕਰੇ ਜਿਵੇਂ ਜਿਵੇਂ ਬੱਚੀ ਨੂੰ ਯਾਦ ਕਰੇ ਅਤੇ ਰੋਵੇ ਇੱਕ ਦਿਨ ਇਸ ਮਾਤਾ ਨੇ ਬਾਬਾ ਜੀ પાસે ਬੇਨਤੀ ਕੀਤੀ ਕਿ ਗਰੀਬ ਨਿਵਾਜ਼ ਮੇਰੀ ਬੱਚੀ ਮੈਨੂੰ ਵਿਖਾਓ ਉਪਰੰਤ ਬਾਬਾ ਜੀ ਨੇ ਵਚਨ ਕੀਤਾ ਕਿ ਰੋਣਾ ਨਹੀਂ ਔਰ ਨਾ ਹੀ ਡਰਨਾ ਫਿਰ ਵਚਨ ਕੀਤਾ ਕਿ ਜੇ ਜਰੂਰ ਵੇਖਣੀ ਹੈ ਤਾਂ ਸਾਡੇ ਆਸਣ ਦੇ ਹੇਠਾਂ ਵੇਖ ਲਓ ਮਾਤਾ ਜਿਸ ਦਾ ਨਾਮ ਤੇਜਕੌਰ ਸੀ ਨੇ ਹੁਕਮ ਮੰਨ ਕੇ ਬਾਬਾ ਜੀ ਦੇ ਹੇਠ ਇੱਕ ਛੋਟੀ ਜਹੀ ਮੰਜੀ ਹੇਠ ਆਪਣੀ ਲੜਕੀ ਬੈਠੀ ਹੋਈ ਵੇਖੀ ਫਿਰ ਮਾਤਾ ਤੇਜਕੌਰ ਨੇ ਬੇਨਤੀ ਕੀਤੀ ਕਿ ਮਹਾਰਾਜ ਇਸ ਦਾ ਕਲਿਆਣ ਕਰੋ ਉਪਰੰਤ ਬਾਬਾ ਜੀ ਨੇ ਵਚਨ ਕੀਤਾ ਕਿ ਇਹ ਤੇਰੀ ਪੋਤਰੀ ਹੋ ਕੇ ਜਨਮ ਧਾਰੇਗੀ ਇਸ ਹੁਕਮ ਅਨੁਸਾਰ ਉਸ ਲੜਕੀ ਨੇ ਸਰਦਾਰ ਗੁਰਵਜਨ ਸਿੰਘ ਦੇ ਘਰ ਜਨਮ ਲਿਆ ਨਾਂ ਇੰਦਰਪਾਲ ਰੱਖਿਆ ਬੀਬੀ ਦੇ ਜਨਮ ਤੋਂ ਪਹਿਲਾਂ ਸਰਦਾਰ ਗੁਰਵਜਨ ਸਿੰਘ ਨੇ ਬਾਬਾ ਜੀ ਕੋਲ ਬੇਨਤੀ ਕੀਤੀ ਕਿ ਮੇਰੇ ਘਰ ਬੱਚਾ ਹੋਣ ਵਾਲਾ ਹੈ ਇਸ ਹੁਕਮ ਅਨੁਸਾਰ ਉਸ ਲੜਕੀ ਨੇ ਸਰਦਾਰ ਗੁਰਵਜਨ ਸਿੰਘ ਦੇ ਘਰ ਜਨਮ ਲਿਆ ਨਾ 인ਦਰਪਾਲ ਰੱਖਿਆ ਬੀਬੀ ਦੇ ਜਨਮ ਤੋਂ ਪਹਿਲਾਂ ਸਰਦਾਰ ਗੁਰਬਜਨ ਸਿੰਘ ਨੇ ਬਾਬਾ ਜੀ ਕੋਲ ਬੇਨਤੀ ਕੀਤੀ ਕਿ ਮੇਰੇ ਘਰ ਬੱਚਾ ਹੋਣ ਵਾਲਾ ਹੈ ਉਸ ਨੂੰ ਜਨਮ ਤੋਂ ਬਾਅਦ ਗੁੜਤੀ ਦੇਣੀ ਹੈ ਕੀ ਹੁਕਮ ਹੈ ਉਪਰੰਤ ਬਾਬਾ ਜੀ ਨੇ ਹੁਕਮ ਦੇ ਕੇ ਸਰਦਾਰ ਗੁਰਬਜਨ ਸਿੰਘ ਨੂੰ ਬਾਬਾ ਜੀ ਕਲੇਰਾਂ ਵਾਲਿਆਂ ਕੋਲ ਭੇਜਿਆ ਬਾਬਾ ਜੀ ਉਸ ਸਮੇਂ ਝੰਗ ਦੇ ਇਲਾਕੇ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਵਿੱਚ ਸਨ ਸਰਦਾਰ ਜੀ ਉੱਥੇ ਗਏ ਉਪਰੰਤ ਬਾਬਾ ਆਨੰਦ ਸਿੰਘ ਜੀ ਨੇ ਕੁਝ ਪ੍ਰਸ਼ਾਦ ਦੇ ਕੇ ਤੋਰ ਦਿੱਤਾ ਅਤੇ ਹੁਕਮ ਕੀਤਾ ਜਦੋਂ ਜਨਮ ਲਵੇ ਤਾਂ ਇਸ ਦੀ ਗੁੜਤੀ ਦੇਣੀ ਫੇਰ ਪੁੱਛੋ ਵਾਲਿਆਂ ਪਾਸ ਆਏ ਤਾਂ ਉਹਨਾਂ ਨੇ ਹੁਕਮ ਕੀਤਾ ਸ਼ੁੱਧ ਹੈ ਹੁਕਮ ਦੇ ਅਨਸਾਰ ਬੱਚੀ ਨੂੰ ਗੁੜਤੀ ਉਸੇ ਪ੍ਰਸਾਦ ਦੀ ਦਿੱਤੀ ਗਈ ਉਪਰੰਤ ਇਸ ਦਾ ਸਿੱਧ ਕੀਤਾ ਸੀ ਸਾਰੇ ਬੱਚਿਆਂ ਨੂੰ ਉਸੇ ਪ੍ਰਸਾਦ ਦੀ ਗੁੜਤੀ ਦਿੱਤੀ ਉਪਰੰਤ ਹੁਕਮ ਅਨਸਾਰ ਸਰਦਾਰ ਗੁਰਵਜਨ ਸਿੰਘ ਜੀ ਸਾਰੇ ਕੰਮ ਕਰਦੇ ਰਹੇ ਗੁਰਬਾਣੀ ਅਨਸਾਰ ਇਸ ਦੇ ਕੰਮ ਬਾਬਾ ਜੀ ਦੀ ਮਿਹਰ ਕਰਕੇ ਕਰਦੇ ਅਤੇ ਕਰਾਉਂਦੇ ਰਹੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕੀ ਸਰਪਰ ਰਾਖੇ ਇਹ ਬਚਨ ਬੀਬੀ ਇੰਦਰਪਾਲ ਕੋਰ ਨੇ ਲਿਖਾਏ ਸ੍ਰੀ ਰਾਮ ਰੰਗ ਅਪਾਰ ਪੂਰਨ ਨਹ ਨਮਖ ਮਨ ਮਹਿ ਉਠਿਆ ਮਹਾਪੁਰਖਾਂ ਜੋ ਵੀ ਬਚਨ ਕੀਤਾ ਸਿੱਖਿਆ ਹੀ ਦਿੱਤੀ ਕਿਸੇ ਵੀ ਸਮੇ ਕੋਈ ਆਇਆ ਕਿਸੇ ਕੰਮ ਆਇਆ ਉਹਨਾਂ ਨੇ ਸਿੱਖ ਮਤ ਹੀ ਦਿੱਤੀ ਸਰਬਤ ਦਾ ਭਲਾ ਲੋਚਿਆ ਇੱਕ ਵਾਰ ਬਾਬਾ ਜੀ ਦੀ ਟਿੱਲੇ ਤੋਂ ਹੇਠ ਉਤਰ ਕੇ ਇੱਧਰ ਉੱਧਰ ਟਹਿਲ ਰਹੇ ਸਨ ਇੱਕ ਪਿੰਡ ਦੀ ਮਾਈ ਸੀ ਜਿਸ ਦਾ ਨਾਮ ਭਾਗਣ ਸੀ ਗੋਤ ਉਸ ਦਾ ਨੱਤ ਹੋਣ ਕਰਕੇ ਲੋਕ ਉਸ ਨੂੰ ਨੱਤਣ ਕਹਿੰਦੇ ਸਨ ਪਿੰਡ ਦੇ ਲੋਕ ਆਪਣੇ ਪਸ਼ੂ ਲੈ ਕੇ ਚਾਰਨ ਜਾ ਰਹੇ ਸਨ ਉਸ ਮਾਈ ਕੋਲ ਇੱਕ ਅੱਛੀ ਸੀ ਜਿਹੜੀ ਬਾਹਰ ਨੂੰ ਭੱਜੀ ਜਾ ਰਹੀ ਸੀ ਉਸ ਨੂੰ ਮੋੜਨ ਲਈ ਨਤਨ ਮਾਈ ਨੌਜਵਾਨ ਮੁੰਡਿਆਂ ਨੂੰ ਬਾਰ-ਬਾਰ ਕਹਿ ਰਹੀ ਸੀ ਪਰ ਵਾਚੀ ਮੁੜਦੀ ਨਹੀਂ ਸੀ ਬਾਬਾ ਜੀ ਸਭ ਕੁਝ ਦੇਖ ਰਹੇ ਸਨ ਉਪਰੰਤ ਹਜੂਰ ਨੇ ਉਸ ਸਮੇਂ ਸਿੱਖਿਆ ਦੇਣ ਦਾ ਸਮਾਂ ਸਮਝ ਕੇ ਬਚਨ ਕੀਤਾ ਨਤਨੇ ਜੇ ਵਾਚੀ ਹੋਣ ਨਹੀਂ ਮੁੜਦੀ ਤਾਂ ਆਪੇ ਸ਼ਾਮ ਨੂੰ ਪਸ਼ੂਆਂ ਦੇ ਨਾਲ ਆ ਜਾਏਗੀ ਤੈਨੂੰ ਬੱਚੀ ਦੀ ਫਿਗਰ ਕਰਨ ਦੀ ਲੋੜ ਨਹੀਂ ਤੂੰ ਆਪਣੇ ਮਨ ਨੂੰ ਮੋੜ ਇਹ ਕਿੱਧਰ ਨੂੰ ਜਾ ਰਿਹਾ ਹੈ ਐਸਾ ਐਸਾ ਉਪਦੇਸ਼ ਕਰਦੇ ਰਹਿੰਦੇ ਸਨ ਜਿਵੇਂ ਕਿਹਾ ਹੈ ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀ ਐ ਇੱਕ ਪੁੱਚੋ ਨਗਰ ਦਾ ਸੇਵਾਦਾਰ ਸੀ ਜਿਸ ਦਾ ਨਾਮ ਸੋਭਾ ਸਿੰਘ ਸੀ ਉਸ ਦਾ ਸਾਰਾ ਪਰਿਵਾਰ ਸੇਵਾ ਵਿੱਚ ਹਾਜ਼ਰ ਰਹਿੰਦਾ ਸੀ ਪਰੰਤੂ ਘਰ ਵਿੱਚ ਗਰੀਬੀ ਹੋਣ ਕਰਕੇ ਹੱਥੀਂ ਸੇਵਾ ਹੀ ਕਰਦੇ ਸਨ ਇਸ ਸਮੇਂ ਪਟਿਆਲੇ ਤੋਂ ਇੱਕ ਸੇਵਕ ਬਾਬਾ ਜੀ ਪਾਸ ਪੁੱਤਰ ਦੀ ਇੱਛਾ ਲੈ ਕੇ ਹਾਜ਼ਰ ਹੋਇਆ ਉਪਰੰਤ ਹਜੂਰ ਨੇ ਮਿਹਰ ਦੇ ਘਰ ਵਿੱਚ ਆ ਕੇ ਪੁੱਤਰ ਦਾ ਵਚਨ ਕੀਤਾ ਕੁਝ ਸਮੇਂ ਬਾਅਦ ਉਸ ਦੇ ਪੁੱਤਰ ਹੋ ਗਿਆ ਫਿਰ ਸੇਵਕ ਵੇਤਨ ਅਨੁਸਾਰ ਭੇਟਾਂ ਲੈ ਕੇ ਚਰਣਾ ਵਿੱਚ ਹਾਜ਼ਰ ਹੋਇਆ ਬਾਬਾ ਜੀ ਨੇ ਉਸ ਦੀ ਭੇਟਾ ਫਿਰ ਲੈਣ ਦਾ ਇਕਰਾਰ ਕਰਕੇ ਵਾਪਸ ਮੋੜ ਦਿੱਤੀ ਉਸ ਵਕਤ ਇਹ ਸੋਭਾ ਸਿੰਘ ਸੇਵਾ ਵਿੱਚ ਹਾਜ਼ਰ ਸੀ ਕੁਝ ਸਮੇਂ ਬਾਅਦ ਇਹਨਾਂ ਦੇ ਘਰ ਇੱਕ ਸ਼ਾਦੀ ਕਰਨ ਦਾ ਸਮਾਂ ਆਇਆ ਇਹ ਦੋਵੇਂ ਜੀਆਂ ਨੇ ਆਪਸ ਵਿੱਚ ਸਲਾਹ ਕਰਕੇ ਆਪੇ ਬਾਬਾ ਜੀ ਦੇ ਨਾਮ ਦੀ ਚਿੱਠੀ ਲਿਖ ਕੇ ਪਟਿਆਲੇ ਪਹੁੰਚ ਕੇ ਉਸ ਦੇ ਸੇਵਕ ਤੋਂ ਲੋੜ ਅਨਸਾਰ ਖਰਚ ਲੈ ਆਏ ਅਤੇ ਇਹਨਾਂ ਨੇ ਆਪਣਾ ਮਤਲਬ ਸਾਰ ਲਿਆ ਉਪਰੰਤ ਪਟਿਆਰੇ ਵਾਲਾ ਸੇਵਕ ਬਾਬਾ ਜੀ ਦੇ ਦਰਸ਼ਨ ਕਰਨ ਪੁੱਛੋ ਪਹੁੰਚਿਆ ਉਸ ਨੇ ਬਾਬਾ ਜੀ પાસે ਬੇਨਤੀ ਕਰ ਦਿੱਤੀ ਪਰੰਤੂ ਬਾਬਾ ਜੀ ਨੇ ਤਾਂ ਉਸ ਨੂੰ ਭੇਜਿਆ ਹੀ ਨਹੀਂ ਸੀ ਹਜ਼ੂਰ ਨੇ ਉਸ ਸਮੇਂ ਇੱਕ ਸੇਵਾਦਾਰ ਉਸ ਨੂੰ ਬੁਲਾਉਣ ਲਈ ਭੇਜ ਦਿੱਤਾ ਫਿਰ ਸੋਭਾ ਸਿੰਘ ਆਪ ਤਾਂ ਨਾ ਆਇਆ ਉਸ ਦਾ ਪਰਿਵਾਰ ਆ ਗਿਆ ਜਦੋਂ ਬਾਬਾ ਜੀ ਨੇ ਉਸ ਨੂੰ ਪੁੱਛਿਆ ਕਿ ਤੁਸੀਂ ਸਾਡੇ ਘੱਲਣ ਤੋਂ ਬਗੈਰ ਕਿਉਂ ਗਏ ਅਗੋਂ ਬਾਬਾ ਜੀ ਨੂੰ ਕਿਹਾ ਅਸੀਂ ਤੁਹਾਡੇ ਸੇਵਕ ਹੋਣ ਕਰਕੇ ਜੇ ਮੰਗ ਲਿਆ ਤਾਂ ਕੀ ਲੋੜ ਆ ਗਿਆ ਸਾਡੀ ਗਰਜ ਪੂਰੀ ਹੋ ਗਈ ਬਾਅਦ ਵਿੱਚ ਬਾਬਾ ਜੀ ਨੇ ਉਸ ਨੂੰ ਜਾਣ ਦਾ ਹੁਕਮ ਦਿੱਤਾ ਉਪਰੰਤ ਉਹ ਘਰ ਨੂੰ ਚਲੀ ਗਈ ਇਸ ਗੱਲ ਤੋਂ ਬਾਅਦ ਬਾਬਾ ਜੀ ਨੇ ਪਟਿਆਲੇ ਵਾਲੇ ਸਰਦਾਰ ਨੂੰ ਪੈਸੇ ਲੈਣ ਦਾ ਹੁਕਮ ਕੀਤਾ ਪਹਿਲਾਂ ਤਾਂ ਉਸ ਨੇ ਨਾ ਨੁਕਰ ਕੀਤੀ ਪਰ ਹਜੂਰ ਦੇ ਕਹਿਣ ਤੇ ਉਹ ਪੈਸੇ ਲੈ ਗਿਆ ਇਸ ਤੋਂ ਪਿੱਛੋਂ ਇਸ ਤੋਂ ਪਿੱਛੋਂ ਇੱਕ ਦਿਨ ਬਾਬਾ ਜੀ ਸਹਿਸਭਾ ਆਪਣੇ ਸੇਵਕਾਂ ਦੇ ਨਾਮ ਲੈ ਕੇ ਗਿਣਤੀ ਕਰਨ ਲੱਗ ਪਏ ਗਿਣਤੀ ਕਰਨ ਵੇਲੇ ਉਸ ਸੇਵਕ ਦਾ ਨਾਮ ਨਾ ਲਿਆ ਕੋਲ ਬੈਠੇ ਸੇਵਾਦਾਰ ਬੇਨਤੀ ਕੀਤੀ ਮਹਾਰਾਜ ਸੋਭਾ ਸਿੰਘ ਦਾ ਨਾਮ ਨਹੀਂ ਲਿਆ ਹੈ ਉਹ ਵੀ ਸੇਵਾਦਾਰ ਹੈ ਉਪਰੰਤ ਬਾਬਾ ਜੀ ਨੇ ਬਚਨ ਕੀਤਾ ਉਹ ਤਾਂ ਐਵੇਂ ਹੀ ਗਿਆ ਹੈ ਸੇਵਕ ਗਉ ਨਿਗਟੀ ਹੋਏ ਦਿਖਾਵੇ ਬਾਬਾ ਜੀ ਕਲੇਰਾਵਾਲੇ ਰੱਬੀ ਮੋਜ ਵਿੱਚ ਵਿਚਰਦੇ ਟੁੱਡੀਕੇ ਨਾਮ ਦੇ ਪਿੰਡ ਦੇ ਬਾਹਰਵਾਰ 160 ਕਮਾ ਦੇ ਕਰੀਬ ਬੇਆਬਾਦ ਜ਼ਮੀਨ ਸੀ ਜਿਸ ਨੂੰ ਟੱਕੀ ਆਖਦੇ ਹਨ ਉੱਥੇ ਜਾ ਆਸਣ ਲਾਇਆ ਨਗਰ ਨਿਵਾਸੀ ਪ੍ਰੇਮੀ ਥੋੜੇ ਹੀ ਸ਼ਰਧਾਵਾਨ ਸਨ ਜਿਤਨੇਕ ਦਰਸ਼ਨ ਕਰਨ ਲਈ ਪਹੁੰਚ ਗਏ ਕੁਝ ਕਾਲੀਆਂ ਘਟਾਵਾਂ ਹੋ ਗਈਆਂ ਅਤੇ ਹਵਾ ਠੰਡੀ ਚੱਲਣ ਲੱਗ ਪਈ ਉਪਰੰਤ ਬਾਬਾ ਜੀ ਨੇ ਸਭ ਸੇਵਾਦਾਰਾਂ ਨੂੰ ਚਲੇ ਜਾਣ ਦਾ ਹੁਕਮ ਦਿੱਤਾ ਹੁਕਮ ਅਨੁਸਾਰ ਨਗਰ ਨਿਵਾਸੀ ਤਾਂ ਘਰਾਂ ਨੂੰ ਮੁੜ ਪਏ ਮੀ ਹਨੇਰੀ ਦੇ ਨਾਲ ਗੜੇ ਕਾਕੜੇ ਬਿਆੰਤ ਵਰਸਣ ਲੱਗ ਪਏ ਸਾਰੀ ਰਾਤ ਬਾਰਿਸ਼ ਪੈਂਦੀ ਰਹੀ ਘਰਾਂ ਨੂੰ ਆਏ ਪ੍ਰੇਮੀ ਬੜੇ ਫਿਕਰਮਾਨ ਸਨ ਉਸ ਵੇਲੇ ਕੁਝ ਨਹੀਂ ਸੀ ਹੋ ਸਕਦਾ ਕਈ ਤਰ੍ਹਾਂ ਦੀਆਂ ਸੋਚਾਂ ਵਿਚਾਰਾਂ ਮਨ ਵਿੱਚ ਆਈਆਂ ਜਿਸ ਸਮੇਂ ਥੋੜੀ ਬਾਰਿਸ਼ ਘਟੀ ਉਸ ਵੇਲੇ ਇਹ ਪ੍ਰੇਮੀ ਮਿਲ ਕੇ ਆਪਸ ਵਿੱਚ ਵਿਚਾਰਨ ਲੱਗੇ ਕਿ ਬਾਬਾ ਜੀ ਦੇ ਸਰੀਰ ਦੀ ਕੀ ਹਾਲਤ ਹੋਵੇਗੀ ਆਓ ਜਾ ਕੇ ਪਤਾ ਕਰੀਏ ਜੇ ਲੋੜ ਹੋਵੇ ਤਾਂ ਲੱਕੜੀ ਦਾ ਬੰਦੋਬਸਤ ਵੀ ਕਰੀਏ ਹੁਣ ਬਾਲਣ ਦੀ ਤਾਂ ਲੋੜ ਪੈਣੀ ਹੀ ਹੈ ਇਤਨੇ ਗੜਿਆਂ ਵਿੱਚ ਸਰੀਰ ਬਚਣਾ ਮੁਸ਼ਕਿਲ ਹੈ ਇੱਕ ਪ੍ਰੇਮੀ ਪਹਿਲਾਂ ਵੇਖਣ ਆਇਆ ਉਸ ਨੇ ਆ ਕੇ ਦੂਰੋਂ ਹੀ ਦਰਸ਼ਨ ਕੀਤੇ ਅਤੇ ਉਸੇ ਤਰ੍ਹਾਂ ਹੀ ਉੱਥੇ ਬੈਠੇ ਸਨ ਉਸ ਨੇ ਦੂਰੋਂ ਹੀ ਦਰਸ਼ਨ ਕੀਤੇ ਆਪ ਉੱਥੇ ਉਸੇ ਤਰ੍ਹਾਂ ਹੀ ਬੈਠੇ ਸਨ ਇਤਨੀ ਦੇਰ ਤੱਕ ਹਨੇਰਾ ਕੁਝ ਘਟ ਹੋਇਆ ਕੁਝ ਪ੍ਰੇਮੀ ਫਿਰ ਪਹੁੰਚ ਗਏ ਉਸੇ ਸਮੇਂ ਬਾਬਾ ਆਨੰਦ ਸਿੰਘ ਜੀ ਦਾਤਨ ਕਰ ਰਹੇ ਸਨ ਉਹਨਾਂ ਪ੍ਰੇਮੀਆਂ ਨੇ ਜਾਰ ਨਮਸਕਾਰ ਕੀਤੀ ਬਾਬਾ ਜੀ ਨੇ ਮੁਸਕਰਾ ਕੇ ਪੁੱਛਿਆ ਤੁਸੀਂ ਬੜੇ ਸਵੇਰੇ ਹੀ ਆ ਗਏ ਸੁਖ ਤਾਂ ਹੈ ਸਭ ਨੇ ਇੱਕ ਜबान ਹੋ ਕੇ ਆਪਣੇ ਮਨ ਦੇ ਸੰਸੇ ਦੱਸ ਦਿੱਤੇ ਉਪਰੰਤ ਬਾਬਾ ਜੀ ਨੇ ਉਹਨਾਂ ਦੇ ਸਾਹਮਣੇ ਆਪਣਾ ਅਸਨ ਝਾੜਿਆ ਉਸ ਵੇਲੇ ਬੈਠੇ ਨੀਵੀਂ ਜਗ੍ਹਾ ਉੱਤੇ ਸੀ ਵਾਰ ਆਸਨ ਝਾੜਨ ਸਮੇ ਗਰਦ ਉਠੀ ਗਰਦ ਉੱਡੀ ਤੇ ਨਾਲ ਹੀ ਬਚਨ ਕੀਤਾ ਇੱਥੇ ਤਾਂ ਕੁਝ ਨਹੀਂ ਹੋਇਆ ਜਦੋਂ ਕਿ ਚਾਰ ਸਫੇਰੇ ਜਲ ਹੀ ਜਲ ਸੀ ਇਹ ਅਸਥਾਨ ਦੇ ਆਸ-ਪਾਸੇ ਤਾਂ ਜ਼ਮੀਨ ਬੇਆਬਾਦ ਹੋ ਗਈ ਪਰ ਛੋਟੀ ਛਪੜੀ ਅਜੇ ਤੱਕ ਆਬਾਦ ਹੈ ਕਿਸੇ ਸੇਵਾਦਾਰ ਨੇ ਅਜੇ ਤੱਕ ਨਿਸ਼ਾਨੀ ਕਾਇਮ ਨਹੀਂ ਕੀਤੀ ਇਸ ਆਸਾਨ ਦੇ ਇਸ ਸਥਾਨ ਦੇ ਆਸ-ਪਾਸੇ ਤਾਂ ਜ਼ਮੀਨ ਆਬਾਦ ਹੋ ਗਈ ਪਰ ਛੋਟੀ ਛਪੜੀ ਅਜੇ ਤੱਕ ਬੇਆਬਾਦ ਹੈ ਕਿਸੇ ਸੇਵਾਦਾਰ ਨੇ ਅਜੇ ਤੱਕ ਨਿਸ਼ਾਨੀ ਕਾਇਮ ਨਹੀਂ ਕੀਤੀ ਟੁੱਡੀਕੇ ਅਜੀਤਵਾਲ ਵਾਲੀ ਸੜਕ ਉੱਪਰ ਇਹ ਸਥਾਨ ਹੈ ਟੁੱਡੀਕੇ ਅਜੀਤਵਾਲੀ ਟੁੱਡੀਕੇ ਅਜੀਤਵਾਲ ਵਾਲੀ ਸੜਕ ਉੱਪਰ ਇਹ ਸਥਾਨ ਹੈ ਅਤੇ ਮਜੂਦਾ ਸੰਤ ਉਜਾਗਰ ਸਿੰਘ ਉੱਚੇ ਡੇਰੇ ਟੁੱਡੀਕੇ ਵਾਲਿਆਂ ਨੇ ਇਹ ਸਥਾਨ ਦੇਖਿਆ ਹੈ ਇਸ ਸਮੇਂ ਉਪਰੰਤ ਜਿਸ ਸਮੇਂ ਬਾਬਾ ਆਨੰਦ ਸਿੰਘ ਜੀ ਪੁੱਚੋ ਵਾਲਿਆਂ ਪਾਸ ਦਰਸ਼ਨ ਕਰਨ ਲਈ ਪੁੱਛੋ ਆਏ ਉਹਨਾਂ ਨੇ ਬਚਨ ਕੀਤਾ ਮਹਾਪੁਰਖ టు ਡੀ ਕੇ ਜਿਸ ਸਮੇਂ ਕਾਲੇ ਬੱਦਲ ਵੇਖ ਕੇ ਦਰਸ਼ਨ ਕਰਨ ਆਏ ਪ੍ਰੇਮੀਆਂ ਨੂੰ ਘਰੋਂ ਘਰੀ ਤੋਰ ਦਿੱਤਾ ਸੀ ਉਸ ਸਮੇਂ ਆਪ ਵੀ ਕਿਸੇ ਬृਸ਼ ਦੀ ਓਟ ਆਸਰਾ ਤੱਕ ਲੈਣਾ ਸੀ ਤੁਹਾਨੂੰ ਰੜੇ ਥਾਂ ਉਸ ਛੱਪੜ ਵਿੱਚ ਨਹੀਂ ਸੀ ਬੈਠਣਾ ਚਾਹੀਦਾ ਜਿੱਥੇ ਤੁਸੀਂ ਆਸਣ ਲਾਇਆ ਉਹ ਜਗਾ ਤਾਂ ਬੜੇ ਚਤਰਬੰਦਿਆਂ ਦੀ ਹੈ ਜਿਨ੍ਹਾਂ ਪੈਰ ਪੈਰ ਤੇ ਕਰਾਮਾਤ ਭਾਲਣੀ ਹੈ ਸੁਚੇਤ ਹੋ ਕੇ ਰਹਿਣਾ ਪਵੇਗਾ ਅਸੀਂ ساری ਰਾਤ ਫਿਕਰ ਕਰਦੇ ਰਹੇ ਕਿਤੋਂ ਜਾ ਕੇ ਚਾਨਣੀ ਮੰਗੀ ਤੁਹਾਡੇ ਉੱਤੇ ਲਾ ਕੇ ਪਹਿਰਾ ਦੇਣਾ ਪਿਆ ਅੱਗੋਂ ਬਾਬਾ ਆਨੰਦ ਸਿੰਘ ਜੀ ਨੇ ਹੱਥ ਜੋੜ ਕੇ ਖਿਮਾ ਮੰਗੀ ਮਹਾਰਾਜ ਗਲਤੀ ਹੋ ਗਈ ਇਹ ਪ੍ਰਸੰਗ ਸੰਤ ਉਜਾਗਰ ਸਿੰਘ ਜੀ ਪਾਸੋਂ ਸੁਣਿਆ ਅਤੇ ਸੰਗਤ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ